ਸਾਂਝਾ ਪੰਜਾਬ ਟੀਵੀ ਦੇਖਦੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ। ਸਾਂਝਾ ਪੰਜਾਬ ਦੇ ਵਿੱਚ ਅਸੀਂ ਤੁਹਾਡੇ ਨਾਲ ਹਰ ਵੇਲੇ ਕੋਈ ਨਾ ਕੋਈ ਇੰਟਰਵਿਊ ਸਾਂਝੀ ਕਰਦੇ ਰਹਿੰਦੇ ਹਾਂ, ਕਿਉਂਕਿ ਸਾਨੂੰ ਕਾਫੀ ਜਾਣਕਾਰੀ ਮਿਲਦੀ ਹੈ। ਜਦੋਂ ਸਾਡਾ ਕੋਈ ਮਹਿਮਾਨ ਆਉਂਦਾ ਹੈ ਕਿਸੇ ਹੋਰ ਮੁਲਕ ਤੋਂ, ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਜਿਨ੍ਹਾਂ ਨੇ ਬਹੁਤ ਤਰੱਕੀ ਕੀਤੀ ਹੁੰਦੀ, ਜਿਸ ਤਰ੍ਹਾਂ ਇੱਥੇ ਵੀ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਆ। ਅਤੇ ਅੱਜ ਮੇਰੇ ਨਾਲ ਸਟੂਡੀਓ 'ਚ ਹਾਜ਼ਰ ਨੇ ਤੇਜਿੰਦਰ ਸਿੰਘ ਧਾਮੀ, ਜੋ ਕਿ ਮੇਅਰ ਨੇ ਇੰਗਲੈਂਡ ਦੇ ਵਿੱਚ। ਕੁਝ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਹਾਂ। ਧਾਮੀ ਸਾਹਿਬ, ਸਾਂਝਾ ਪੰਜਾਬ ਤੇ ਜੀਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਅੱਜ ਟਾਈਮ ਦਿੱਤਾ ਸਾਂਝਾ ਪੰਜਾਬ ਦੇ ਦਰਸ਼ਕਾਂ ਨਾਲ, ਸੁਣਨ ਵਾਲਿਆਂ ਨਾਲ ਗੱਲਬਾਤ ਕਰਨ ਦਾ। ਥੈਂਕ ਯੂ ਸੋ ਮਚ। ਮੈਂ ਬਹੁਤ ਖੁਸ਼ ਹਾਂ ਵੀ ਮੇਰੀ ਆਵਾਜ਼ ਜਾਂ ਮੇਰੇ ਐਕਸਪੀਰੀਅੰਸ ਉਹਨਾਂ ਤੱਕ ਪਹੁੰਚਣਗੇ ਜੀ। ਧੰਨਵਾਦ ਹੈ ਤੁਹਾਡਾ ਅਤੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਅਤੇ ਕਿਹੜੇ ਸਾਲ ਦੇ ਵਿੱਚ ਤੁਸੀਂ ਇੰਗਲੈਂਡ ਦੇ ਵਿੱਚ ਪਿੱਛੋਂ ਕਿਹੜੇ ਪਿੰਡ ਤੋਂ ਆਏ? ਮੇਰਾ ਪਿੰਡ ਜੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਧਾਮੀਆਂ ਕਲਾਂ ਆ, ਜਿਹਨੂੰ ਬਬਰਾਂ ਦੀਆਂ ਧਾਮੀਆਂ ਵੀ ਕਹਿੰਦੇ ਆ। ਅੱਛਾ। ਬਹੁਤ ਸਾਰੇ ਬਬਰ ਹੋਏ ਆ, ਇੱਕ ਦੋ ਨਹੀਂ, ਪੰਜ ਛੇ ਬਬਰ ਹੋਏ ਆ, ਉਹਨਾਂ 'ਚੋਂ ਇੱਕ ਨੂੰ 20 ਸਾਲ ਦੇ ਨੂੰ ਫਾਂਸੀ ਵੀ ਲੱਗੀ ਸੀ। ਅੱਛਾ, ਉਹਨਾਂ ਦਿਨਾਂ 'ਚ? ਹਾਂਜੀ, 1947 ਦੇ। ਔਰ ਸਾਡੇ ਪਿੰਡ ਦੇ ਵਿੱਚ ਬਬਰਾਂ ਦਾ ਹੋਣ ਕਰਕੇ ਪੁਲਿਸ ਚੌਕੀ ਵੀ ਸੀ। ਅੱਛਾ। ਮੇਰਾ ਜਨਮ ਉੱਥੇ ਧਾਮੀਆਂ ਕਲਾਂ ਦਾ ਆ। ਮੈਂ 14 ਸਾਲ ਦੀ ਉਮਰ ਦੇ ਵਿੱਚ ਜਲੰਧਰ ਆ ਗਿਆ। ਅੱਛਾ। ਅਤੇ 18 ਸਾਲ ਦੀ ਉਮਰ ਦੇ ਵਿੱਚ ਮੈਂ ਇੰਗਲੈਂਡ ਆ ਗਿਆ। ਠੀਕ ਹੈ। ਉੱਥੇ ਆ ਕੇ ਇੰਗਲੈਂਡ ਦੇ ਵਿੱਚ ਫਿਰ ਕਿਹੜੇ ਕਿਹੜੇ ਕੰਮ ਤੁਸੀਂ ਕੀਤੇ, ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਕਿ ਮੇਰਾ ਪੁੱਛਣ ਦਾ ਮਤਲਬ ਪਤਾ ਕੀ ਹੁੰਦਾ, ਵੀ ਜਿਹੜੇ ਬੱਚੇ ਸਾਡੇ ਹੁਣ ਇੱਥੇ ਆ ਰਹੇ ਨੇ, ਚਾਹੇ ਉੱਥੇ ਆ ਰਹੇ ਚਾਹੇ ਇੱਥੇ ਆ ਰਹੇ ਨੇ, ਉਹਨਾਂ ਲਈ ਆਪਾਂ ਇੱਕ ਰੋਲ ਮਾਡਲ ਆ ਕਿ ਅਸੀਂ ਇੱਕ ਤਰ੍ਹਾਂ ਦੇ ਖਾਲੀ ਹੱਥ ਆ, ਇੱਥੇ ਆ ਕੇ ਕਿੰਨੀ ਮਿਹਨਤ ਕੀਤੀ, ਅਤੇ ਉਹ ਵੀ ਕੁਛ ਨਾ ਕੁਛ ਜੋ ਚਾਹੁੰਦੇ ਆ ਉਹ ਇੱਥੇ ਆ ਕੇ ਆਪਣੇ ਆਪ ਨੂੰ ਬਣਾ ਸਕਦੇ ਨੇ। ਹਾਂਜੀ। ਦੇਖੋ ਜੀ, ਗੱਲ ਇੱਦਾਂ ਹੈ ਵੀ ਜਦੋਂ ਅਸੀਂ ਆਏ ਸੀ ਤਾਂ ਉੱਥੇ ਰੇਸ ਰਿਲੇਸ਼ਨਸ ਬਹੁਤ ਸਾਨੂੰ ਲੋਕ ਗਾਲਾਂ ਵੀ ਕੱਢਦੇ ਸੀ, ਘਟੀਆ ਤੋਂ ਘਟੀਆ ਜੋਬ ਮਿਲਦੀ ਸੀ, ਲੇਕਿਨ ਹੌਲੀ ਹੌਲੀ ਤੁਸੀਂ ਆਪਣੀ ਥਾਂ ਬਣਾ ਲੈਂਦੇ ਜੀ, ਮਿਹਨਤ ਕਰਦੇ ਹਾਂ ਜੀ, ਪਿਓਰ ਰਿਸਪੈਕਟ ਵੀ ਕਰਦੇ। ਮੈਂ ਸਾਰਾ ਟਾਈਮ ਆਪਣੀਆਂ ਫੈਕਟਰੀਆਂ 'ਚ ਕੰਮ ਕਰਕੇ ਜਦੋਂ ਮੈਂ ਰਿਟਾਇਰਮੈਂਟ ਲੈ ਲਈ, ਅਰਲੀ ਰਿਟਾਇਰਮੈਂਟ ਲੈ ਲਈ, ਤਾਂ ਸਾਡੇ ਜਿਹੜੇ ਲੋਕਲ ਐਮ ਪੀ ਸੀ ਪਿਆਰਾ ਸਿੰਘ ਖਾਬੜਾ, ਉਹ ਮੈਨੂੰ ਕਹਿਣ ਲੱਗੇ ਵੀ ਤੂੰ ਇੱਥੇ ਘਰ ਬੈਠਾ ਕੀ ਕਰਦਾ, ਕੀ ਕਰਦਾ? ਕੁਛ ਇੰਡੀਅਨ ਵਰਕਰ ਐਸੋਸੀਏਸ਼ਨ 'ਚ ਆਇਆ ਗਾ। ਅੱਛਾ। ਉਹ ਜਿਹੜੀ ਇੰਡੀਅਨ ਵਰਕਰ ਐਸੋਸੀਏਸ਼ਨ ਆ, ਮੇਰੇ ਚਾਚਾ ਜੀ ਜਸਵੰਤ ਸਿੰਘ ਧਾਮੀ, ਹਾਂਜੀ, 1954 'ਚ ਆਏ ਸੀਗੇ ਜੀ, ਔਰ ਉਹਨਾਂ ਨੇ 56 'ਚ ਉਹ ਬਣਾਈ ਸੀ। ਓਕੇ। ਅਤੇ ਉਹ ਹੁਣ ਤੱਕ ਚੱਲ ਰਹੀ ਹੈ। ਅੱਛਾ। ਔਰ ਉਹ ਲੋਕਾਂ ਦੀ ਸੇਵਾ ਕਰਨ ਲਈ ਸੀ, ਅਤੇ ਮੈਂ ਉਦੋਂ ਤੋਂ ਉਹਨਾਂ ਦਾ ਲਾਈਫ ਮੈਂਬਰ ਹੈਗਾ, ਮੈਂ ਉਹਦੇ 'ਚ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹਾਂ। ਓਕੇ। ਜਦੋਂ ਪਿਆਰਾ ਸਿੰਘ ਖਾਬੜਾ ਨੇ ਕਿਹਾ ਵੀ ਇੱਧਰ ਆ, ਇੱਥੇ ਬੈਠ, ਇੱਧਰ ਨਾਲ ਜੀ, ਠੀਕ ਹੈ ਜੀ, ਆ ਜਾਂਦੇ ਹਾਂ, ਫਿਰ ਉੱਥੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਹ 2002 ਦੇ ਵਿੱਚ ਮੌਕਾ ਐਸਾ ਬਣਿਆ, ਪਾਰਟੀ ਦਾ ਮੈਂਬਰ ਤਾਂ ਮੈਂ 88 ਤੋਂ ਸੀ। ਓਕੇ। ਲੇਕਿਨ 2002 'ਚ ਇਲੈਕਸ਼ਨਾਂ ਦੇ ਵਿੱਚ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਇਸ ਜਗ੍ਹਾ ਤੋਂ ਖੜਾ। ਓਕੇ। ਮੈਂ ਕਿਹਾ ਠੀਕ ਹੈ, ਅਤੇ ਹੁਣ ਉਸੇ ਇੱਕੋ ਜਗ੍ਹਾ ਤੋਂ ਮੈਂ 5 ਇਲੈਕਸ਼ਨਸ ਜਿੱਤੀਆਂ ਤਿੰਨ ਪਾਰਟੀਆਂ ਲੇਬਰ, ਕੰਜ਼ਰਵੇਟਿਵ ਤੇ ਲਿਬਡੈਮ, ਉਦੋਂ ਤਾਂ ਗ੍ਰੀਨ ਪਾਰਟੀ ਵੀ ਹੈਗੀ ਆ, ਲੇਕਿਨ ਜੇ ਮੇਰੀ 3000 ਵੋਟ ਆ ਤਾਂ ਸਾਰਿਆਂ ਦੀ ਰਲ ਕੇ 10-1000 ਹੋ ਬਣਦੀ ਨਹੀਂ ਹੁੰਦੀ ਹੈ, ਬਣਦੀ ਨਹੀਂ ਹੈ। ਅਤੇ ਬੜਾ ਵਧੀਆ ਹੈਗਾ ਆ, ਸਾਡੇ ਬੰਦੇ ਨੇ ਹੁਣ ਬਹੁਤ ਉੱਥੇ ਤਰੱਕੀ ਕੀਤੀ ਆ, ਕਾਫੀ ਚੰਗੀਆਂ ਪੋਸਟ 'ਤੇ ਹੈਗੇ ਆ ਜੀ, ਪੜ੍ਹਾਈ ਕਰਕੇ ਲੋਕਾਂ ਨੇ ਬਿਜ਼ਨਸ ਵੀ ਬੜੇ ਇਸਟੈਬਲਿਸ਼ ਕੀਤੇ ਇੰਗਲੈਂਡ ਦੇ ਵਿੱਚ ਜੀ। ਹੁਣ ਜੇ ਮੈਂ ਮੇਅਰ ਬਣਿਆ ਪਿਛਲੇ ਸਾਲ, ਕਿਹੜੇ? ਅੱਛਾ। ਅਤੇ ਕਿਹੜੇ ਸ਼ਹਿਰ ਦੇ ਹੁਣ ਤੁਸੀਂ ਮੇਅਰ ਹੋ? ਮੈਂ ਲੰਡਨ ਬੋਰੋਫ ਈਲਿੰਗ ਦਾ ਮੇਅਰ ਹਾਂ। ਈਲਿੰਗ ਉਹਦੇ ਨਾਲ ਹੀ? ਬਿਲਕੁਲ, ਹਾਂਜੀ, ਹਾਂਜੀ। ਈਲਿੰਗ ਦੇ ਵਿੱਚ ਛੋਟੇ ਛੋਟੇ 7 ਟਾਊਨ ਹੈ, ਜਿਹਨਾਂ 'ਚੋਂ ਇੱਕ ਸਾਊਥ ਹਲ ਵੀ ਆ। ਓਕੇ, ਠੀਕ ਆ। ਵੈਸਟ ਈਲਿੰਗ ਵੀ ਆ, ਹੈਨਵਲ ਵੀ ਆ। ਸਾਊਥ ਹਲ ਤਾਂ ਆਪਣਾ ਹੀ ਸਾਰਾ, ਹਾਂਜੀ, ਸਾਊਥ ਹਲ ਆਪਣਾ ਹੀ ਹੈ ਜੀ। ਉਹ ਬਹੁਤ ਵਧੀਆ ਸ਼ਹਿਰ ਹੈ ਸਾਊਥ ਹਲ ਜੀ, ਹਰ ਚੀਜ਼ ਤੁਹਾਨੂੰ ਉੱਥੇ ਮਿਲ ਜਾਂਦੀ ਹੈ, ਗੁਰਦੁਆਰੇ ਵੀ ਬਥੇਰੇ ਆ, ਤੁਸੀਂ ਤੁਰ ਕੇ ਗੁਰਦੁਆਰੇ ਪਹੁੰਚ ਸਕਦੇ ਹਾਂ, ਕਿਉਂਕਿ ਤੁਹਾਡੇ ਵਾਂਗੂ ਇੱਥੇ ਕੈਨੇਡਾ ਵਾਂਗੂ ਖੁੱਲ੍ਹਾ ਨਹੀਂ, ਜ਼ਿਆਦਾ ਖੁੱਲ੍ਹਾ ਨਹੀਂ ਆਇਆ, ਬਹੁਤ ਲਿਮਿਟਿਡ ਜਗ੍ਹਾ ਹੈ ਜਗ੍ਹਾ। ਅਤੇ ਹੁਣ ਜੇ ਇੱਥੇ ਤਾਂ ਕੋਈ ਤੁਰ ਕੇ ਰਾਜੀ ਨਹੀਂ, ਅਤੇ ਬੱਸ ਵੀ ਨਹੀਂ ਹੈ, ਉੱਥੇ ਮੇਰੇ ਤੇ ਘਰ ਤੋਂ ਬਹੁਤ ਮੀਲ ਕੁ ਗੁਰਦੁਆਰਾ ਪੈਂਦਾ ਹੁਣ, ਨਾਲ ਕੁਛ ਵੀ ਨਹੀਂ, ਆਈ ਕੈਨ ਵਾਕ, ਬੰਦਾ ਤੁਰ ਕੇ ਜਾ ਸਕਦਾ, ਤੁਰ ਕੇ ਚੱਲ ਜਾਂਦਾ ਹੈ। ਅਤੇ ਉੱਥੇ ਮਿਲਦੇ ਹਾਂ ਇੱਕ ਦੂਜੇ ਨੂੰ,
ਜੇ ਅਸੀਂ ਆਪਣੇ ਬਾਜ਼ਾਰ 'ਚ ਚੱਲ ਜਾਂਦੇ ਹਾਂ ਜਿਹਨੂੰ ਅਸੀਂ ਬਰੋਡਵੇ ਉੱਤੇ ਕਹਿੰਦੇ ਹਾਂ, ਉੱਥੇ ਵੀ ਹਰ ਕੋਈ ਮਿਲ ਜਾਣਾ ਹੁੰਦਾ ਹੈ। ਅਤੇ ਇਹ ਮੇਰੀ ਲਾਈਫ ਹੈ। ਅਤੇ ਕੈਨੇਡਾ ਦੀ ਪਹਿਲੀ ਫੇਰੀ ਤੁਹਾਡੀ ਕੱਗੀ ਮੈਂ ਪਹਿਲਾਂ? ਨਹੀਂ, ਮੈਂ ਬਹੁਤ ਵਾਰੀ ਆ, ਓਕੇ, ਬੇਸ਼ੁਮਾਰ ਵਾਰੀ ਆ। ਪਹਿਲੀ ਵਾਰੀ ਮੈਂ 72 'ਚ ਆਇਆ ਸੀ, ਓਕੇ, ਫਿਰ ਬਾਅਦ 'ਚ ਮੈਂ 88 'ਚ ਆਇਆ, ਓਕੇ, ਫਿਰ ਕਿਉਂਕਿ ਪਰਿਵਾਰ ਦੇ ਬਹੁਤ ਮੈਂਬਰ ਇੱਥੇ ਹੈਗੇ ਆ ਜੀ। ਕਿਚਨਰ ਵਾਟਰਲੂ 'ਚ ਵੀ ਮੇਰੇ ਪਰਿਵਾਰ ਦੇ ਮੈਂਬਰ ਆ, ਮਿਸਿਸਾਗਾ 'ਚ ਵੀ, ਬ੍ਰਾਂਪਟਨ 'ਚ ਵੀ, ਐਡਮਿੰਟਨ 'ਚ ਵੀ, ਐਬਸਫੋਰਡ, ਵਿਲੀਅਮ ਲੇਕ ਤੱਕ, ਕਿਉਂਕਿ ਸਾਡਾ ਪਰਿਵਾਰ ਕਾਫੀ ਵੱਡਾ। ਮੇਰੇ ਪੇਰੈਂਟਸ ਫਾਦਰ ਹੋਣੀ 5 ਭਰਾ ਸੀਗੇ, ਅਤੇ ਅਸੀਂ ਕਾਫੀ ਬਾਹਰ ਹੀ ਹੈਗੇ ਹਾਂ। ਯਾਨੀ ਮੇਅਰ ਬਣ ਕੇ ਪਹਿਲੀ ਵਾਰ ਆ? ਮੇਅਰ ਬਣ ਕੇ ਪਹਿਲੀ ਵਾਰ। ਅਤੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਉੱਥੇ? ਬੱਚੇ ਵਿਆਹ ਗਏ ਹਾਂ ਜੀ? ਮੇਰੀਆਂ 3 ਬੇਟੀਆਂ ਜੀ, ਇੱਕ ਬੇਟਾ ਆ, ਓਕੇ, ਇੱਕ ਵਿਆਹੀ ਹੋਈ ਆ, ਓਕੇ, ਉਹਦੇ ਕੋਲ ਇੱਕ ਸਨ ਆ, ਇੱਕ ਡਾਟਰ ਵੀ ਹੈ। ਦੈਟਸ ਨਾਈਸ। ਸਨ ਨੇ ਆਪਣੀ ਡਿਗਰੀ ਕਰ ਲਈ ਆ, ਓਕੇ, ਮੇਰੇ ਗ੍ਰੈਂਡ ਸਨ ਨੇ, ਓਕੇ, ਤਾਂ ਜਿਹੜੀ ਮੇਰੇ ਗ੍ਰੈਂਡ ਡਾਟਰ ਆ ਉਹ ਹਾਲੇ ਜਾਣਾ ਯੂਨੀਵਰਸਿਟੀ ਹੈ ਸਤੰਬਰ ਦੇ ਵਿੱਚ, ਓਕੇ। ਅਤੇ ਜਦੋਂ ਮੇਰੇ ਦੂਜੇ ਬੇਟੇ ਦਾ ਹੈਗਾ ਆ ਗ੍ਰੈਂਡ ਸਨ, ਉਹ ਵੀ 10 ਸਾਲ ਦਾ ਹੋ ਗਿਆ। ਅਤੇ ਪਰਿਵਾਰ ਬੜਾ, ਅਸੀਂ ਸਾਰੇ ਇੱਕ ਦਿਨ ਜ਼ਰੂਰ ਉੱਥੇ ਇਕੱਠੇ ਹੋ ਕੇ ਬੈਠ ਕੇ ਬਹੁਤ ਖਾਣਾ ਖਾਈਦਾ। ਅਤੇ ਕੈਨੇਡਾ ਵਿੱਚ ਤੁਸੀਂ ਕਿਹਨੂੰ ਕਿਹਨੂੰ ਮਿਲੇ ਇੱਥੇ? ਕੋਈ ਕੈਨੇਡਾ ਦੇ ਵਿੱਚ ਪਤਾ ਲੱਗਾ ਸਾਡੇ ਸ਼ਹਿਰ ਦੀ ਮੇਅਰ ਬੋਨੀ ਕ੍ਰੋਮਬੀ ਨੂੰ ਮਿਲੇ ਤੁਸੀਂ? ਬੋਨੀ ਕ੍ਰੋਮਬੀ ਪਹਿਲਾਂ ਤਾਂ ਮੈਨੂੰ ਇਹਨਾਂ ਨੇ ਨਰਿੰਦਰ ਧੁੱਗਾ ਜੀ ਨੇ ਬੁਲਾਇਆ ਜੀ, ਜਿਹੜੇ ਕਿ ਸੀਨੀਅਰ ਕਲੱਬ ਹੈਗੀ ਉਹ ਰੱਦ ਕਰਦੇ ਹੈਗੇ ਆ ਮਿਸਿਸਾਗਾ ਦੇ ਵਿੱਚ। ਹਾਂਜੀ, ਉੱਥੇ ਮੈਂ ਕਾਫੀ ਲੋਕਾਂ ਨੂੰ ਮਿਲਿਆ, ਓਕੇ, ਅਤੇ ਉੱਥੇ ਸਾਡੇ ਢਿੱਲੋਂ ਸਾਹਿਬ ਵੀ ਮਿਲੇ, ਸੁੱਖੀ ਢਿੱਲੋਂ। ਹਾਂਜੀ, ਸੁੱਖੀ ਢਿੱਲੋਂ। ਮੈਨੂੰ ਨਹੀਂ ਸੀ ਪਤਾ ਵੀ ਇੰਨਾ ਚਿਰ ਵੀ ਮੇਰੇ ਛੋਟੇ ਬ੍ਰਦਰ ਨਾਲ ਰਹੇ, ਕੰਮ ਕਰਦੇ ਰਹੇ ਆ। ਅਤੇ ਉੱਥੋਂ ਹੀ ਫਿਰ ਤੁਹਾਡੇ ਇੱਕ MP ਹੈਗੇ ਆ ਯੰਗ ਮੁੰਡਾ, ਉਹਨਾਂ ਦੇ ਫਾਦਰ ਸੀਗੇ, ਹਾਂਜੀ, ਨਾਂ ਨਹੀਂ ਹੁਣ ਮੈਨੂੰ ਯਾਦ। ਉਹਨਾਂ ਨੇ ਕਿਹਾ ਨਹੀਂ ਅੱਜ ਸ਼ਾਮ ਨੂੰ ਤੁਹਾਨੂੰ ਮੇਅਰ ਨੂੰ ਵੀ ਬੁਲਾਉਣਾ, ਓਕੇ ਓਕੇ। ਅਤੇ ਫਿਰ ਤੁਹਾਡੇ ਮਿਸਿਸਾਗਾ ਦੀ ਮੇਅਰ ਨੂੰ ਵੀ ਮਿਲੇ, ਐਂਡ ਵੀ ਸਪੈਂਡ ਅਬਾਊਟ ਹਾਫ ਐਨ ਆਵਰ ਟੁਗੈਦਰ। ਅਤੇ ਬੜੀ ਖੁਸ਼ੀ ਹੋਈ ਵੀ ਅਸੀਂ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਮੈਨੂੰ ਇੱਥੇ ਬਾਰੇ ਦੱਸਿਆ ਅਤੇ ਮੈਂ ਉਹਨਾਂ ਨੂੰ ਉੱਥੇ ਬਾਰੇ ਦੱਸਿਆ, ਅਤੇ ਬੜੀ ਖੁਸ਼ੀ ਹੋਈ ਹੈ। ਹੁਣ ਉਸ ਤੋਂ ਬਾਅਦ ਤੁਹਾਡੇ ਕੋਲ ਆ ਗਏ ਸਾਂਝਾ ਪੰਜਾਬ ਤਾਂ ਸਾਂਝਾ ਪਲੇਟਫਾਰਮ ਸਾਰਿਆਂ ਸਾਂਝਾ। ਹਾਂਜੀ, ਹੁਣ ਰਿਸ਼ਤੇਦਾਰ ਇੰਨੇ ਆ, ਦੱਸ ਰਾਜ ਆ, ਹਰ ਇੱਕ ਦੇ ਕੋਲ ਹਰ ਕੋਈ ਚਾਹੁੰਦਾ ਆ। ਅੱਜ ਵੀ ਸਾਡੇ ਪਿੰਡ ਦੇ ਬੰਦੇ ਕਹਿੰਦੇ ਸੀ ਅੱਜ ਸਾਡੇ ਕੋਲ ਆਉਣਾ ਜੀ, ਮੈਂ ਕਿਹਾ ਜੀ ਅੱਜ ਤਾਂ ਮੇਰੀ ਫਲਾਈਟ ਹੈਗੀ, ਮੈਂ ਤਾਂ ਅੱਜ ਵੀ ਵਾਪਸ ਚਲ ਜਾਣਾ 10 ਵਜੇ, ਕਿਉਂਕਿ ਟਾਈਮ ਉਹਨਾਂ ਲਿਮਿਟਡ ਹੈਗਾ। ਮੇਰੀਆਂ ਇੰਗੇਜਮੈਂਟਸ ਹੈਗੀਆਂ, ਕਿਉਂਕਿ ਮੈਂ ਸਿਟੀਜ਼ਨਸ਼ਿਪ ਸੈਰੇਮਨੀ ਉੱਥੇ ਥਰਸਡੇ ਸਵੇਰੇ ਕਰਨੀ ਆ ਜੀ, ਫਿਰ ਬਾਅਦ ਦੇ ਵਿੱਚ ਅਸੀਂ ਕਿਉਂਕਿ ਮੇਅਰ 1 ਸਾਲ ਲਈ ਹੁੰਦਾ ਆ, ਉਹਦੀ ਰਿਹਰਸਲ ਕਰਨੀ ਬਣਨਾ ਆ ਸ਼ਾਮ ਨੂੰ। ਫਿਰ ਇੱਕ ਹੋਰ ਐਸੋਸੀਏਸ਼ਨ ਆ, ਉਹਨਾਂ ਨੇ ਸੱਦਿਆ। ਇੱਦਾਂ ਵੀ ਕਈ ਵਾਰੀ ਤਾਂ 4-4, 5-5 ਇੰਗੇਜਮੈਂਟਸ ਰੋਜ਼ ਦੀਆਂ ਹੋ ਜਾਂਦੀਆਂ। ਸਭ ਨਾਲੋਂ ਵੱਡੀ ਡਿਫੀਕਲਟੀ ਉੱਥੇ ਮੈਂ ਜਿਹੜੀ ਮਹਿਸੂਸ ਕੀਤੀ ਮੇਅਰ ਬਣ ਕੇ, ਇਹ ਹੈ ਵੀ ਤੁਹਾਨੂੰ ਹਰ ਵੇਲੇ ਸੂਟ ਪਾ ਕੇ ਰੱਖਣਾ ਪੈਣਾ, ਤਾਂ ਉਹ ਹਰ ਗੱਲ 'ਚ ਪਾ। ਗਰਮੀ ਕਈ ਵਾਰੀ ਇੰਨੀ ਹੋ ਜਾਂਦੀ ਹੈ, ਉੱਥੇ ਜਾਣਾ ਪੈਂਦਾ ਹਰ ਜਗ੍ਹਾ, ਜਿਹਦੇ ਨਹੀਂ ਗਏ ਉਹ ਕਹਿੰਦੇ ਜੀ ਆਏ ਨੀ ਤੁਸੀਂ। ਦੇਖੋ ਉਦੋਂ ਤਾਂ ਜਾਣਾ ਪੈਂਦਾ ਵੀ ਡਰਾਈਵਰ ਨੇ ਘਰ ਆ ਜਾਣਾ, ਉਹਨੂੰ ਆ ਕੇ ਤੁਹਾਡੇ ਹਾਰ ਪਾਉਣਾ, ਤੁਸੀਂ ਤਾਂ ਤਿਆਰ ਤਾਪ ਹੋਣਾ, ਉਹਨੂੰ ਲੈ ਕੇ ਜਾਣਾ, ਦੱਸ ਵਜੇ ਉਹਨੂੰ ਦਰਵਾਜ਼ਾ ਖੋਲ੍ਹ ਕੇ ਬਿਠਾਲਣਾ, ਤੁਹਾਨੂੰ ਮੇਰੀ ਵਾਈਫ ਨੂੰ ਬਿਠਾਲਣਾ। ਵਾਈਫ ਵੀ ਮੇਰਾ ਸਿਕਾਉਂਦੀ ਅੱਜ ਕੱਲ੍ਹ, ਉਹਦਾ ਵੀ ਟੌਰ ਹੈ। ਅਤੇ ਫਿਰ ਅਸੀਂ ਜਿੱਥੇ ਵੀ ਇੰਗੇਜਮੈਂਟ 'ਤੇ ਜਾਣਾ, ਸਾਨੂੰ ਪਤਾ ਇੰਨੇ ਟਾਈਮ 'ਤੇ, ਅਤੇ ਡਰਾਈਵਰ ਨੇ ਅਲਰਟ ਵੀ ਕਰ ਦੇਣਾ ਵੀ ਹੁਣ ਤੁਹਾਡਾ ਇੱਥੇ ਦਾ ਟਾਈਮ ਹੋ ਗਿਆ, ਟਾਈਮ ਹੋ ਗਿਆ ਅੱਗੇ ਜਾਣਾ। ਉਹਨਾਂ ਨੂੰ ਬਾਏ ਬਾਏ ਕਹੋ, ਉਹਨਾਂ ਦਾ ਥੈਂਕ ਯੂ ਕਰਕੇ ਅਗਲੀ ਅਪਾਇੰਟਮੈਂਟ 'ਤੇ ਚਲ ਜਾਓ। ਇੱਕ ਬੜੀ ਖੁਸ਼ੀ ਵਾਲੀ ਗੱਲ ਜਿਹੜੀ ਮੈਂ ਮੇਅਰ ਬਣ ਕੇ ਮਹਿਸੂਸ ਕੀਤੀ, ਉਹ ਇਹ ਆ ਵੀ ਕੋਈ ਵੀ ਰੋਇਲ ਵਿਜ਼ਿਟ ਹੋਵੇ ਜੀ ਬੋਰੋ ਦੇ ਵਿੱਚ, ਆਮ ਦਾ ਫਸਟ ਵਨ ਟੂ ਰਿਸੀਵ ਦਮ। ਦੈਟਸ ਵੈਰੀ ਗੁੱਡ। ਪਹਿਲਾਂ ਮੈਂ ਡਿਊਕ ਆਫ ਕੈਂਟ ਨੂੰ ਰਿਸੀਵ ਕੀਤਾ ਸੀ, ਉੱਥੇ ਇੱਕ ਬਜ਼ੁਰਗਾਂ ਦਾ, ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਖੋਲ੍ਹਿਆ, ਅਤੇ ਇਸ ਕਰਕੇ ਸੀ ਵੀ ਲੜਾਈ ਤੋਂ ਬਾਅਦ ਉਹਨਾਂ ਦੀ ਸੇਵਾ ਸੰਭਾਲ ਲਈ, ਹੁਣ ਤਾਂ ਪ੍ਰਾਈਵੇਟ ਹੋ ਗਿਆ, ਉੱਥੇ ਡਿਊਕ ਆਫ ਕੈਂਟ ਨੂੰ ਮੈਂ ਰਿਸੀਵ ਕੀਤਾ ਜੀ। ਫਿਰ ਸਾਡੇ ਗੁਰਦੁਆਰੇ ਦੇ ਵਿੱਚ ਡਿਊਕ ਆਫ ਐਡਨਬਰਾ ਦੀ ਹੈਗੀ ਆ ਇੱਕ, ਉਹਨਾਂ ਨੇ ਸਕੀਮ ਚਲਾਈ ਹੈਗੀ ਆ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥ ਹਾਲ ਵਾਲਿਆਂ ਨੇ, ਉੱਥੇ ਜਿਹੜਾ ਰਾਣੀ ਦਾ ਛੋਟਾ ਮੁੰਡਾ ਆ ਐਡਵਰਡ,
ਉਹਨਾਂ ਆਉਣਾ ਸੀ ਤੇ ਮੈਨੂੰ ਪਹਿਲਾਂ ਆ ਗਿਆ ਵੀ ਤੁਸੀਂ ਜੀ ਉੱਥੇ ਤੁਸੀਂ ਨਾਲ ਪਹੁੰਚਣਾ ਮੋਰੇ ਪੁਣਾ ਪਹੁੰਚਣਾ ਜਾਂਦਾ ਕਿਉਂਕਿ ਪਹਿਲਾਂ ਲਾਰਡ ਲੈਫਟੀਨੈਂਟ ਉਹਨੂੰ ਕਾਰ ਚੋਂ ਲੈ ਕੇ ਆਉਂਦਾ ਐਂਡ ਆਮ ਦਾ ਫਸਟ ਵਨ ਦੈਨ ਗੋਸ ਆ ਪਿਛਲੇ ਐਸੇ ਮਹੀਨੇ ਦੇ ਵਿੱਚ ਆਈ ਥਿੰਕ ਥਰਡ ਫੋਰਥ ਨੂੰ ਪ੍ਰਿੰਸ ਹੈਰੀ ਆਇਆ ਸੀਗਾ ਜੀ ਉਹਦੇ ਨਾਲ ਉਹਨੂੰ ਪਹਿਲਾਂ ਰਿਸੀਵ ਕੀਤਾ ਨਾਲ ਲੈ ਕੇ ਗਿਆ ਤੁਸੀਂ ਹਾਂਜੀ ਲੈ ਕੇ ਗਿਆ ਅੰਦਰ ਬਾਅਦ ਦੇ ਵਿੱਚ ਉੱਥੇ ਮੈਂਟਲ ਹੈਲਥ ਦੇ ਉੱਤੇ ਡਿਸਕਸ਼ਨ ਹੋ ਰਹੀ ਸੀ ਓਕੇ ਉਹਦੇ 'ਚ ਅਸੀਂ ਬੈਠੇ ਸੀ ਪ੍ਰਿੰਸ ਹੈਰੀ ਵੀ ਉੱਥੇ ਬੈਠਾ ਸੀ ਅਤੇ ਉਹ ਵੀ ਕਾਫੀ ਭਾਵਕ ਹੋ ਕੇ ਬੋਲਿਆ ਹੁਣ ਜ਼ਿਆਦਾ ਸੋਸ਼ਲ ਮੀਡੀਆ ਦੀ ਗੱਲ ਕੀਤੀ ਵੀ ਅੱਜ ਕੱਲ੍ਹ ਬੱਚੇ ਜਿਹੜੇ ਇਹ ਡਰੱਗਸ ਨਾਲੋਂ ਸੋਸ਼ਲ ਮੀਡੀਆ ਇਜ਼ ਗੈਟਿੰਗ ਵਰਸ ਹਰ ਵੇਲੇ ਉਹ ਐਡਿਕਸ਼ਨ ਹੈ ਔਰ ਮਾੜੀ ਗੱਲ ਹੈ ਪਰ ਕੀ ਕੀਤਾ ਜਾਵੇ ਬੱਚੇ ਜਿਹੜੇ ਬੜੀ ਮੁਸ਼ਕਲ ਹੈਗੀ ਥੈਂਕ ਯੂ ਸੋ ਮਚ ਟੋਰਾਂਟੋ ਤੁਸੀਂ ਆਏ ਸਾਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ